ਇਕ ਐਸ ਵਾਲੀ ਦੀ ਖਾਸ ਖਬਰ ਦੇ ਬਲ ਤੁਹਾਨੂੰ ਲੈ ਕੇ ਚਲਦੇ ਹਾਂ ਜੀ ਸਿਰਤ ਕੌਰ ਮਾਨ ਜੀ ਹਾਂ ਜੋ ਕਿ ਮੁੱਖ ਮੰਤਰੀ ਭਗਵੰਤ ਮਾਨ ਸਿੰਘ ਦੀ ਧੀ ਹੈ ਉਹਨਾਂ ਦੀ ਬੇਟੀ ਹੈ ਸਿਰਤ ਕੌਰ ਮਾਨ ਜਿਨ੍ਹਾਂ ਨੇ ਆਪਣੇ ਹੀ ਪਿਤਾ ਦੇ ਖਿਲਾਫ ਪੋਸਟਾਂ ਪਾ ਦਿੱਤੀਆਂ ਨੇ ਆਪਣੇ ਹੀ ਪਿਤਾ ਨੂੰ ਖਰੀਆਂ ਖਰੀਆਂ ਸੁਣਾ ਦਿੱਤੀਆਂ ਨੇ ਤੇ ਬਹੁਤ ਮਜਬੂਰ ਹੋ ਕੇ ਉਸਨੇ ਸ਼ਾਇਦ ਇਹ ਸਟੈਪ ਜਿਹੜਾ ਹੈ ਚੁੱਕਿਆ ਹੋਵੇਗਾ ਸੋ ਗੱਲਬਾਤ ਜਿਹੜੀ ਹੈ ਲਗਾਤਾਰ ਸੋਸ਼ਲ ਮੀਡੀਆ ਤੇ ਚਰਚਾ ਬਣੀ ਹੋਈ ਹੈ ਬਹੁਤ ਮਜਬੂਰ ਹੋ ਕੇ ਮੈਨੂੰ ਇਹ ਪੋਸਟ ਕਰਨਾ ਪੈ ਰਿਹਾ ਹੈ ਸਿਰਤ ਕੌਰ ਮਾਨ ਦਾ ਕਹਿਣਾ ਹੈ ਅਸੀਂ ਰਾਜਨੀਤਿਕ ਖਿਲਾਾਰੇ ਤੋਂ ਹਮੇਸ਼ਾ ਦੂਰ ਹੀ ਰਹੇ ਹਾਂ ਪਰ ਕਈ ਵਾਰ ਇਹਨਾਂ ਚੁੱਪ ਰਹਿਣਾ ਗੁਨਾਹ ਹੋ ਜਾਂਦਾ ਹੈ ਅਤੇ ਅਸਲੀ ਗੁਨਾਹਗਾਰ ਬਚ ਕੇ ਨਿਕਲ ਜਾਂਦੇ ਨੇ ਬਹੁਤ ਬਾਰ પતિ ਪਤਨੀ ਦੀ ਨਹੀਂ ਬਣਦੀ ਤਲਾਕ ਵੀ ਹੋ ਜਾਂਦੇ ਨੇ ਪਰ ਮੇਰੇ ਬੱਚਿਆਂ ਨਾਲ ਹੋ ਰਹੀ ਨਾ ਇਨਸਾਫੀ ਲਈ ਸਿਰਫ ਮੈਨੂੰ ਕਸੂਰਵਾਰ ਕਿਉਂ ਦੱਸਿਆ ਜਾ ਰਿਹਾ ਹੈ ਮੇਰੇ ਰਿਸ਼ਤੇਦਾਰ ਤੇ ਕੁਝ ਕੁ ਜਾਣਨ ਵਾਲੇ ਅਕਸਰ ਇਹ ਕਹਿੰਦੇ ਨੇ ਕਿ ਮਾਂ ਨਾ ਛੱਡ ਕੇ ਆਉਂਦੀ ਜੇ ਜਵਾਕਾਂ ਦਾ ਖਿਆਲ ਸੀ ਮੈਨੂੰ ਕੋਈ ਸਮਝਦਾਰ ਇਨਸਾਨ ਇਹ ਗੱਲ ਦੱਸ ਸਕਦਾ ਹੈ ਕਿ ਤਲਾਕ ਹੋਣ ਤੇ ਕਿਹੜਾ ਕਾਨੂੰਨ ਇਹ ਕਹਿੰਦਾ ਹੈ ਕਿ ਬਾਪ ਆਪਣੀ ਜ਼ਿੰਮੇਵਾਰੀ ਤੋਂ ਮੁਕਤ ਹੋ ਗਿਆ ਹੈ ਪੰਜਾਬ ਦੀ ਖਾਤਰ ਪਰਿਵਾਰ ਛੱਡਣ ਦਾ ਭਾਵਨਾਤਮਿਕ ਡਰਾਮਾ ਕਰਨ ਤੇ ਵਾਹ ਵਾਹ ਕਰਨ ਵਾਲੇ ਇੱਕ ਕਲਾਕਾਰ ਨੂੰ ਸਮਝ ਨਹੀਂ ਜੇ ਪੰਜਾਬ ਦੀ ਖਾਤਰ ਇਹ ਫੈਸਲਾ ਲਿਆ ਗਿਆ ਹੁੰਦਾ ਫਿਰ ਹੋਰ ਪਰਿਵਾਰ ਬਣਾਉਣ ਦੀ ਲੋੜ ਨਹੀਂ ਸੀ ਪੈਂਦੀ ਹੁਣ ਕਿਹੜਾ ਪੰਜਾਬ ਵਿੱਚ ਸਾਰਾ ਕੁਝ ਸਹੀ ਹੋ ਗਿਆ ਸਿਵਾਏ ਪੋਸਟਰ ਲਗਾਉਣ ਦੇ ਮੇਰੇ ਬੱਚੇ ਮੈਨੂੰ ਪੁੱਛਦੇ ਨੇ ਕਿ ਮਾਂ ਜੇ ਇਹਨਾਂ ਦਾ ਕੰਮ ਬੋਲਦਾ ਫਿਰ ਇਹ ਲਿਖ ਲਿਖ ਕੇ ਕਿਉਂ ਦੱਸ ਰਹੇ ਨੇ ਕਿ ਸਾਡਾ ਕੰਮ ਬੋਲਦਾ ਏ ਖੈਰ ਪੰਜਾਬ ਦਾ ਕੁਝ ਭਲਾ ਹੁੰਦਾ ਦਿਖਦਾ ਤਾਂ ਅਸੀਂ ਸਾਰੀ ਜ਼ਿੰਦਗੀ ਚੁੱਪ ਰਹਿਣ ਨੂੰ ਤਿਆਰ ਸੀ ਕਿਰਪਾ ਕਰਕੇ ਰੋਜ਼ ਰੋਜ਼ ਹੋਣ ਵਾਲੇ ਡਰਾਮਿਆਂ ਤੋਂ ਬਚਿਓ ਅਸੀਂ ਵੀ ਇਹਨਾਂ ਦਾ ਹੀ ਸ਼ਿਕਾਰ ਹੋਇਆ ਰੱਬ ਰਾਖਾ ਪੰਜਾਬ ਦਾ ਇਹ ਕਹਿਣਾ ਹੈ ਸੀਰਤ ਕੌਰ ਮਾਨ ਦਾ ਜੀ ਹਾਂ ਸੀਰਤ ਕੌਰ ਮਾਨ ਨੇ ਇਹ ਗੱਲ ਆਖ ਦਿੱਤੀ ਹੈ ਆਪਣੇ ਹੀ ਪਿਤਾ ਦੇ ਖਿਲਾਫ ਸੀਐਮ ਭਗਵੰਤ ਮਾਨ ਦੇ ਖਿਲਾਫ ਇਹ ਗੱਲ ਜਿਹੜੀ ਹੈ ਇੱਕ ਧੀ ਦੇ ਵੱਲੋਂ ਆਖੀ ਗਈ ਹੈ ਸੋ ਲਗਾਤਾਰ ਸੋਸ਼ਲ ਮੀਡੀਆ ਤੇ ਜਿਸ ਦੀ ਚਰਚਾ ਛੇੜੀ ਹੋਈ ਹੈ ਆਖਰ ਉਸਨੇ ਇਹ ਕਿਹਾ ਇਹ ਮੈਨੂੰ ਪੋਸਟ ਕਰਨਾ ਪੈ ਰਿਹਾ ਹੈ ਬਿਲਕੁਲ ਇਹ ਪੋਸਟ ਜਿਹੜਾ ਹੈ ਇੱਕ ਬਿਲਕੁਲ ਮਜਬੂਰ ਹੋ ਕੇ ਕਰਨਾ ਪੈ ਰਿਹਾ ਹੈ ਆਖਰ ਉਹਨਾਂ ਨੇ ਆਪਣਾ ਦਰਦ ਜਿਹੜਾ ਹੈ ਬਿਆਨ ਕਰ ਦਿੱਤਾ ਹੈ ਕਿਤੇ ਨਾ ਕਿਤੇ ਭਗਵੰਤ ਸਿੰਘ ਮਾਨ ਦੀ ਕਾਰਜਕਾਰੀ ਤੇ ਵੱਡੇ ਸਵਾਲ ਖੜੇ ਹੋ ਗਏ ਨੇ ਕਾਰਜਕਾਰੀ ਤੇ ਵੱਡੇ ਸਵਾਲ ਉੱਠ ਚੁੱਕੇ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਵੱਡੇ ਸਵਾਲ ਜਿਹੜੇ ਨੇ ਬਣਦੇ ਹੋਏ ਨਜ਼ਰ ਆ ਰਹੇ ਨੇ ਸੋ ਆਖਰ ਹੁਣ ਕੀ ਰਿਪਲਾਈ ਦਿੱਤਾ ਜਾਂਦਾ ਹੈ ਪੰਜਾਬ ਦੀ ਸਿਆਸਤ ਇਸ ਦਾ ਕੀ ਅਸਰ ਪੈਂਦਾ ਇਹ ਤੇ ਸਮਾਂ ਹੀ ਦੱਸੇਗਾ ਸੋ ਮਿਲਦੇ ਆ ਜੀ ਨਵੀਂ ਅਪਡੇਟ ਦੇ ਨਾਲ ਤਦ ਤੱਕ ਲਈ ਧੰਨਵਾਦ